ਇਹ ਆਪਣੇ ਬਣ ਰਹੇ ਹੈ ਫਰੈਂਚ ਫਰਾਈਜ਼ ਵਰਤਾਂ ਵਾਲੇ ਪਰ ਆਪਾਂ ਇਹਦੇ ਵਿੱਚ ਵਰਤਾਂ ਵਾਲਾ ਹੀ ਪਿੰਕ ਸਾਲਟ ਯੂਜ਼ ਕੀਤਾ, ਰੈੱਡ ਚਿੱਲੀ ਪਾਊਡਰ ਯੂਜ਼ ਕੀਤਾ ਐਂਡ ਥੋੜ੍ਹਾ ਜਿਹਾ ਜੀਰਾ ਪਾਊਡਰ ਯੂਜ਼ ਕੀਤਾ। ਸੋ ਇਹ ਤੁਹਾਨੂੰ ਪਤਾ ਉੱਪਰ ਤੁਹਾਨੂੰ ਗ੍ਰੀਨ ਗ੍ਰੀਨ ਕਲਰ ਲੱਗ ਲਿਆ, ਉਹ ਕਿਉਂ ਆ? ਕਿਉਂਕਿ ਆਪਾਂ ਹੁਣ ਇਹਦੇ 'ਚ ਅਲੱਗ ਦੇ ਪਕੌੜੇ ਬਣਾਏ ਸੀ ਅਤੇ ਹੁਣ ਆਪਾਂ ਇਹਦੇ ਵਿੱਚ ਫਰੈਂਚ ਫਰਾਈਜ਼ ਬਣਾ ਰਹੇ ਹਾਂ। ਸੋ ਥੋੜ੍ਹੀ ਦੇਰ 'ਚ ਹੀ ਇਹਨਾਂ ਨੇ ਰੈਡੀ ਹੋ ਜਾਣਾ। ਚਲੋ ਚਲੋ ਬਸ ਬਣ ਗਏ ਆ। ਕਾਲੀ ਮਿਰਚ ਨਾ ਵਾਵਾ ਕਰ ਲਓ, ਗ੍ਰਾਈਂਡ ਕਰ ਲੈਂਦੇ ਹਾਂ, ਵਧੀਆ ਬਣ ਜੂਗਾ। ਇਹ ਆਪਾਂ ਕਾਲੀ ਮਿਰਚ ਵੀ ਗ੍ਰਾਈਂਡ ਕਰਦੇ ਹਾਂ, ਪਾਵਾਂਗੇ। ਇਹ ਆਪਾਂ ਤਾਂ ਗ੍ਰਾਈਂਡ ਕਰ ਰਹੇ ਹਾਂ ਤਾਂ ਕਿ ਜਦੋਂ ਫਰੈਂਚ ਫਰਾਈਜ਼ ਬਣ ਜਾਣ ਇਹਨਾਂ ਉੱਤੇ ਆਪਾਂ ਬਲੈਕ ਪੈਪਰ ਛਿੜਕ ਦਈਏ। ਮਤਲਬ ਇਹਨੂੰ ਬਲੈਕ ਪੈਪਰ ਹੀ ਕਿਹਾ ਜਾਂਦਾ ਹੈ, ਕਾਲੀ ਮਿਰਚ। ਓਕੇ, ਇਹ ਆਪਣੇ ਪਾਲਕ ਦੇ ਪਕੌੜੇ ਰੈਡੀ ਹੋ ਚੁੱਕੇ ਆ, ਇਹ ਆਪਣੇ ਫਰੈਂਚ ਫਰਾਈਜ਼ ਬਣ ਰਹੇ ਆ ਅਤੇ ਉਹਨਾਂ ਲਈ ਮਸਾਲਾ ਬਣ ਰਿਹਾ। ਸੋ ਥੋੜ੍ਹੀ ਦੇਰ 'ਚ ਬਣ ਜਾਣਗੇ। ਥੈਂਕਸ ਫੋਰ ਵਾਚਿੰਗ।